ਪੰਜਾਬ ਵਿੱਚ ਆਏ ਦਿਨ ਵੱਧ ਰਹੇ ਬੇਅਦਬੀ ਦੇ ਮਾਮਲੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ, ਜਿਸ ਦੇ ਚਲਦਿਆਂ ਖਬਰ ਮੋਗਾ ਦੀ ਹੈ, ਜਿੱਥੇ ਬੰਦ ਫਾਟਕਾ ਦੇ ਨੇੜੇ ਸ੍ਰੀ ਸੁਖਮਣੀ ਸਾਹਿਬ ਦੇ ਗੁੱਟਕੇ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੇ ਨਾਲ ਬੇਅਦਬੀ ਕਰਨ ਵਾਲੇ ਨੂੰ ਲੋਕਾਂ ਨੇ ਕਾਬੂ ਕਰ ਲਿਆ। ਇਸ ਬਾਰੇ ਜਥੇਦਾਰ ਤੋਤਾ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਬੇਅਦਬੀ ਦੀ ਤੀਸਰੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਘਟਨਾਵਾਂ ਹੋ ਚੁੱਕੀਆਂ ਨੇ, ਪਰ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ। ਹੁਣ ਇਸ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਲੋਕ ਪਾਗਲ ਕਹਿ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਕਿਹਾ ਕਿ ਜੇਕਰ ਕੈਲਾ ਰਾਮ ਇੰਨਾ ਹੀ ਪਾਗਲ ਹੈ ਤਾਂ ਆਪਣੇ ਘਰ ਦਾ ਕੋਈ ਨੁਕਸਾਨ ਕਿਉਂ ਨਹੀਂ ਕਰਦਾ। ਇਸ ਬੇਅਦਬੀ ਦੀ ਘਟਨਾ ਨੂੰ ਬੜੀ ਚਲਾਕੀ ਨਾਲ ਅੰਜਾਮ ਦਿੱਤਾ ਗਿਆ ਹੈ, ਜਿਸ ਦੀ ਉੱਚ ਪੱਧਰੀ ਜਾਂਚ ਕਰਕੇ ਅਸਲ ਦੋਸ਼ੀ ਨੂੰ ਸਾਹਮਣੇ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਨੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਗੁਰਕਾ ਸਾਹਿਬ ਦੀ ਬੇਅਦਬੀ ਹੋਈ ਹੈ, ਕੀ ਕਹੋਗੇ ਇਸ ਮਾਮਲੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਲੰਮਾ ਸਮਾਂ ਹੋ ਗਿਆ ਪੰਜਾਬ ਦੀ ਧਰਤੀ 'ਤੇ ਪੋਥੀ ਗੁਰਕਾ ਸਾਹਿਬ ਜਾਂ ਭਾਗ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਨੂੰ। ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ, ਬੀਜੇਪੀ ਨਾਲ ਭਾਈਵਾਲ ਸੀ, ਉਹਨਾਂ ਦੀ ਸਰਕਾਰ ਦੇ ਵਿੱਚ ਵੀ ਕੋਈ ਪਾਬੰਦੀ ਰੋਕ ਨਹੀਂ ਲੱਗੀ ਅਤੇ ਹੁਣ 3 ਸਾਲ ਦਾ ਸਮਾਂ ਬੀਤ ਲਿਆ ਕਾਂਗਰਸ ਸਰਕਾਰ ਨੂੰ। ਪਰ ਇਹਨਾਂ ਦੇ ਰਾਜ ਵਿੱਚ ਵੀ ਗੁਰਬਾਣੀ ਦੀ ਬੇਅਦਬੀ ਨਿਰੰਤਰ ਹੁੰਦੀ ਆ। ਪਹਿਲੀ ਤਾਂ ਗੱਲ ਹੈ ਕਿ ਦੋਸ਼ੀ ਕੋਈ ਫੜਿਆ ਨਹੀਂ ਜਾਂਦਾ, ਜਦੋਂ ਫੜਿਆ ਜਾਂਦਾ ਆਮ ਤੌਰ 'ਤੇ ਸਾਰੇ ਲੋਕਾਂ ਵਿੱਚ ਇਹ ਗੱਲ ਫੈਲ ਜਾਂਦੀ ਹੈ ਕਿ ਇਸ ਬੰਦੇ ਦੀ ਜਿਹੜੀ ਦਿਮਾਗੀ ਹਾਲਤ ਉਹ ਠੀਕ ਨਹੀਂ। ਪਰ ਗੁਰਮੁਖੋ, ਜੇਕਰ ਬੰਦੇ ਦੀ ਦਿਮਾਗੀ ਹਾਲਤ ਠੀਕ ਨਹੀਂ, ਉਹ ਆਪਣੇ ਘਰ ਨੂੰ ਅੱਗ ਕਿਉਂ ਨਹੀਂ ਲਾਉਂਦਾ ਜਾਂ ਆਪਣੇ ਪਰਿਵਾਰਾਂ 'ਤੇ ਕੋਈ ਜਾਨਲੇਵਾ ਹਮਲਾ ਕਿਉਂ ਨਹੀਂ ਕਰਦਾ? ਉਹਨੂੰ ਪੋਥੀ ਸਾਹਿਬ ਲੈ ਕੇ ਟੁਕੜੇ ਕਰਕੇ ਗਲੀਆਂ ਵਿੱਚ ਖਿਲਾਰਨਾ, ਉਹਨੂੰ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਜਾਂ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਹੀ ਕਿਉਂ ਨਿਗਾਹ ਆਉਂਦਾ? ਪਰ ਆਈ ਵਾਰ ਸਾਡੇ ਨਾਲ ਸਿੱਖ ਧਰਮ ਨਾਲ ਸਿੱਖ ਪੰਥ ਨਾਲ ਵਿਸ਼ਵਾਸਘਾਤ ਕੀਤੀ ਜਾਂਦੀ ਹੈ। ਜਦੋਂ ਕੋਈ ਦੋਸ਼ੀ ਫੜਿਆ ਜਾਂਦਾ ਕਿਹਾ ਜਾਂਦਾ ਕਿ ਸੱਚ ਦਾ ਸੱਚ ਅਤੇ ਝੂਠ ਦਾ ਝੂਠ ਹੋਵੇਗਾ, ਅਤੇ ਗੱਲ ਗੁਰਮੁਖੋ ਜਿਉਂ ਦੀ ਤਿਉਂ ਉੱਥੇ ਰਹਿੰਦੀ ਆ। ਸਾਨੂੰ ਦੱਸਿਆ ਨਹੀਂ ਜਾਂਦਾ ਕਿ ਇਹਦੇ ਮਗਰ ਕਰਾਉਣ ਵਾਲਾ ਕੌਣ ਆ। ਇਹ ਗਰੀਬ ਪਰਿਵਾਰ ਨਾਲ ਸੰਬੰਧਿਤ ਆ, ਜਿਸ ਬੰਦੇ ਨੇ ਅੱਜ ਬੇਅਦਬੀ ਦੀ ਇਹ ਘਟਨਾ ਵਾਪਰੀ ਆ ਨਾ, ਇਹ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਆ। ਅਸੀਂ ਸਾਡਾ ਅੰਦਾਜ਼ਾ ਕਿ ਇਹਦੇ ਪਿੱਛੇ ਇਹ ਕਰਨ ਵਾਲਾ ਨਹੀਂ, ਇਹਦੇ ਪਿੱਛੇ ਕੋਈ ਕਰਵਾਉਣ ਵਾਲਾ। ਜਿੰਨਾ ਚਿਰ ਤੱਕ ਆਪਾਂ ਦੋਸ਼ੀ ਦੀ ਤਹਿ ਤੱਕ ਨਹੀਂ ਜਾਂਦੇ, ਜਿੰਨਾ ਚਿਰ ਆਪਾਂ ਮੁੱਢ ਨੂੰ ਨਹੀਂ ਪੜ੍ਹਦੇ, ਉਨਾ ਚਿਰ ਗੁਰਮੁਖੋ ਗੁਰਬਾਣੀ ਦੀ ਜਿਹੜੀ ਇਹ ਬੇਅਦਬੀ ਆ ਨਿਰੰਤਰ ਜਾਰੀ ਰਹੇਗੀ। ਮੈਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਆਪਣੇ ਵੱਲੋਂ ਚੇਤਾਵਨੀ ਵੀ ਦੇਣਾ ਅਤੇ ਮੰਗ ਵੀ ਕਰਦੇ ਹਾਂ ਕਿ ਗੁਰਮੁਖੋ, ਸਾਡਾ ਕਿਸੇ ਧਰਮ ਦੇ ਨਾਲ ਵੈਰ ਵਿਰੋਧ ਨਹੀਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਘਰ ਸਾਰਿਆਂ ਦਾ ਸਾਂਝਾ ਨਿਰਵੈਰ ਆ, ਹਰ ਇੱਕ ਨੂੰ ਜੀ ਆਇਆਂ ਕਹਿੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਹਰ ਇੱਕ ਦੀ ਇੱਛਾ ਪੂਰੀ ਕਰਦੇ ਆ। ਪਰ ਅਫਸੋਸ ਵਾਲੀ ਗੱਲ ਇਹ ਆ, ਪੰਜਾਬ ਦੀ ਧਰਤੀ 'ਤੇ ਵਾਰ ਵਾਰ ਗੁਰਬਾਣੀ ਦੀ ਬੇਅਦਬੀ। ਫਿਰ ਇੱਕ ਮਾੜੀ ਘਟਨਾ ਵਾਪਰੀ ਹੈ, ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਸਾਲ ਜੀ ਸਾਡੇ 4-5 ਘਟਨਾਵਾਂ ਵਾਪਰੀਆਂ ਮੋਗੇ 'ਚ। ਪਹਿਲਾਂ ਦੌਲਤਪੁਰੇ ਵਾਪਰੀ ਸੀ, ਉਦੋਂ ਹੀ ਪਿੰਡ ਦੇ ਲੋਕਾਂ ਨੇ ਇਕੱਠੇ ਕਿਹਾ ਨਹੀਂ ਜੀ ਮਿੰਟਲ ਅਸੀਂ ਜਾਣ ਦੇ, ਉਦੋਂ ਵੀ ਗੱਲ ਮਸਲਾ ਪੈ ਰਿਹਾ। ਫਿਰ ਉਸ ਤੋਂ ਮਗਰੋਂ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਜਿਹੜੀ ਬੇਅਦਬੀ ਹੋਈ ਆ। ਬੁੱਕਣ ਵਾਲੇ ਦੇ ਅਗਲਾ ਪਿੰਡ ਜਿਹੜਾ ਉਸ ਪਿੰਡ ਵਾਲੀ ਪਿੰਡ ਗੁਰੂ ਘਰ ਦੇ ਵਿੱਚ ਉੱਪ ਗਈ ਹੋਈ ਸੀ ਬੇਅਦਬੀ, ਉਹਦਾ ਵੀ ਕਰਕੇ ਪਤਾ ਨਹੀਂ ਲੱਗ ਸਕਿਆ। ਫਿਰ ਪਹਿਲਾਂ ਇੱਦੂ ਮੋਕੇ ਚੱਲ ਕੇ ਹਟੀ ਆ, ਹੁਣ ਵੀ ਕੈਮਰੇ ਰਾਹੀਂ ਪਤਾ ਲੱਗ ਗਿਆ, ਇਹ ਸ਼ਾਇਦ ਇਹ ਬਣਾ ਪਤਾ ਲੱਗਦਾ। ਬੜੇ ਸ਼ਰਾਰਤੀ ਦਿਮਾਗ ਨਾਲ ਕੀਤੀ ਆ, ਹੁਣ ਕਈਆਂ ਦੀ ਸੋਚ ਆ ਜੀ ਤਾਂ ਮੈਂਟਲ ਆ ਜੀ, ਜੇ ਮੈਂਟਲ ਆ ਸੀ ਉਹਨੇ ਘਰ ਦਾ ਨੁਕਸਾਨ ਨਾ ਕਰਤਾ ਹੁੰਦਾ ਜੀ। ਇਸ ਲਈ ਇਹ ਅਸੀਂ ਕਹਿੰਦੇ ਵੀ ਜਿਹੜੀ ਸੱਚਾਈ ਆ
ਉਹ ਕੱਢਣੀ ਚਾਹੀਦੀ ਹੈ। ਇਹਦੇ ਮਗਰ ਕੌਣ ਆ, ਕੌਣ ਸ਼ਰਾਬ ਕਰਾਉਂਦਾ, ਕਿਹੜਾ ਪਾਪ ਕਰਾਉਂਦਾ ਕਰਦਾ, ਇਹ ਨਹੀਂ ਹੋਣਾ ਚਾਹੀਦਾ। ਅਸੀਂ ਪੁਲਿਸ ਨੂੰ ਇਹ ਰਿਕੁਐਸਟ ਕੀਤੀ ਹੈ ਐਸਪੀ ਨੂੰ ਕਿ ਸਾਨੂੰ ਸੱਚਾਈ ਕੱਢ ਕੇ। ਮਾਨਸਿਕ ਪਰੇਸ਼ਾਨ ਹੈਗਾ ਇਹ? ਨਹੀਂ, ਸਾਨੂੰ ਤਾਂ ਮੈਂ ਤਾਂ ਦੇਖਿਆ ਵੀ ਨਹੀਂਗਾ, ਪਰ ਲੋਕਾਂ ਦਾ ਕਹਿ ਰਹੇ ਆ ਵੀ ਇੱਥੇ ਮੈਂ ਸੁਣੀ ਸੀ ਗੱਲ ਵੀ ਕਈ ਕਹਿੰਦੇ ਜੀ ਉਹ ਮੈਂਟਲ ਆ, ਮੈਂਟਲ ਹੈ ਮੈਂਟਲ ਹੁੰਦਾ ਤਾਂ ਇਸ ਢੰਗ ਜਿਸ ਢੰਗ ਨਾਲ ਉਹਨੇ ਕਾਰਵਾਈ ਕੀਤੀ ਉਹ ਮੈਂਟਲ ਨਹੀਂ ਕਰ ਸਕਦਾ। ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਹੋ ਸਕੀਆਂ ਆਪਣੇ ਜ਼ਿਲ੍ਹੇ ਵਿੱਚ, ਤੁਹਾਡੀ ਮੂਵੀ ਕੈਮਰੇ ਨੇ ਦੱਸਤਾ ਕਿੰਨਾ ਕੀ ਰਿਹਾਈ ਕੀ ਹੋਟਲ? ਇਹ ਤਾਂ ਹੁਣ ਕਹਿੰਦੇ ਤਾਂ ਐਸ ਪੀ ਨੂੰ ਕਿਹਾ ਚਾਹੀ ਘਟਾ ਕੇ ਦਿਓ, ਸੀ ਐਸ ਸਟਾਫ ਲੈ ਕੇ ਗਏ ਹੋ, ਉਹ ਕਹਿੰਦੇ ਘਟਾ ਕੇ ਦੇਵਾਂਗੇ। ਮੋਗਾ ਤੋਂ ਸਰਬਜੀਤ ਰੋਲੀ ਦੀ ਰਿਪੋਰਟ।